ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਤੇ ਪਰੋਸਿਆ ਕਿਹਦੇ ਵਿੱਚ ਸੂਤ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਮਨੁੱਖ ਦੇ ਸਿਰ ਦੀ ਖੋਪਰੀ ਵਿੱਚ ਇਸ ਪਿਆਲੇ ਵਿੱਚ ਪਰੋਸਿਆ ਸੂ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਿੰਨ ਕੇ ਤੇ ਲੈ ਵੀ ਚੱਲੀ ਹੈ ਕਿਸੇ ਭੈੜੀ ਆਸਾ ਨਾਲ ਸਭ ਚੀਜ਼ਾਂ ਭੈੜੀਆਂ ਹੀ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਕਰ ਮੰਦੀ ਵਾਸ ਰਿਤੂ ਭਰਿਆ ਕੱਪੜਾ ਕਰ ਠੱਕਣ ਤਾਸ ਪਰੋਸ ਕੇ ਮਨੁੱਖ ਦੀ ਖੋਪਰੀ ਵਿੱਚ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਿੰਨਿਆ ਹੋਇਆ ਤੇ ਫਿਰ ਉੱਤੋਂ ਕੱਢਿਆ ਸੂ ਲਹੂ ਨਾਲ ਲਿਬੜੇ ਹੋਏ ਕੱਪੜੇ ਨੂੰ ਉੱਤੇ ਪਾਇਆ ਸੂ ਕੱਢ ਕੇ ਲੈ ਚੱਲੀ ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ ਰਸਤੇ ਵਿੱਚ ਜਾਂਦੀ ਨੂੰ ਕਿਸੇ ਪੁੱਛਿਆ ਚੂੜੀਏ ਕਿਆ ਲੈ ਚੱਲੀ ਹੈ ਕਿ ਚੂੜੇ ਵਾਸਤੇ ਮਾਸ ਚੜ ਕੇ ਲੈ ਚੱਲੀ ਹਾਂ ਬੜੀ ਬਦਬੂ ਆ ਰਹੀ ਹੈ ਇਹ ਕਿਸਦਾ ਮਾਸ ਹੈ ਅਖੇ ਕੁੱਤੇ ਦਾ ਕਿਹਦੇ ਵਿੱਚ ਰਹਿੰਦੀ ਆਈ ਅਖੇ ਸ਼ਰਾਬ ਵਿੱਚ ਕਾਹਦੇ ਵਿੱਚ ਪਰੋਸੀ ਆਈ ਮਨੁੱਖ ਦੀ ਖੋਪਰੀ ਵਿੱਚ ਉਹਨੇ ਆਖਿਆ ਮੂਰਖੇ ਤੇ ਫਿਰ ਕੱਢ ਕੇ ਲੈ ਚੱਲੀ ਹੈ ਕੱਜੀ ਦਾ ਤਾਂ ਹੈ ਉਸ ਸ਼ੈ ਨੂੰ ਜਿਹਨੂੰ ਕਿਸੇ ਦੀ ਨਜ਼ਰ ਲੱਗਦੀ ਭਾਈ ਦੁੱਧ ਨੂੰ ਕੱਢ ਕੇ ਰੱਖ ਕਿਸੇ ਦੀ ਨਜ਼ਰ ਨਾ ਲੱਗ ਜਾਏ ਚੰਗੀ ਚੀਜ਼ ਨੂੰ ਕੱਢ ਕੇ ਰੱਖੀਦਾ ਨਜ਼ਰ ਨਾ ਲੱਗ ਜਾਏ ਕਿਸੇ ਦੀ ਨਜ਼ਰ ਤੋਂ ਬਚਾ ਕੇ ਰੱਖਣਾ ਕੱਢ ਕੇ ਰੱਖਣਾ ਤੇ ਤੂੰ ਕੱਢ ਕੇ ਲੈ ਚੱਲੀ ਹੈ ਇਹਨੂੰ ਵੀ ਨਜ਼ਰ ਲੱਗ ਸਕਦੀ ਹੈ ਉਹਨੇ ਆਖਿਆ ਹਾਂ ਨਜ਼ਰ ਪਰੇ ਤੂੰ ਪਰੇ ਹੈ ਇਹਨੂੰ ਵੀ ਨਜ਼ਰ ਲੱਗ ਸਕਦੀ ਹੈ ਉਹਨੇ ਆਖਿਆ ਕੌਣ ਇਸ ਤੋਂ ਵੀ ਭੈੜਾ ਹੈ ਜਿਹਦੀ ਨਜ਼ਰ ਕੁੱਤੇ ਦੇ ਮਾਸ ਨੂੰ ਲੱਗ ਸਕਦੀ ਸ਼ਰਾਬ ਨੂੰ ਨਜ਼ਰ ਲੱਗ ਸਕਦੀ ਹੈ ਮਨੁੱਖ ਦੀ ਖੋਪਰੀ ਨੂੰ ਨਜ਼ਰ ਲੱਗ ਸਕਦੀ ਹੈ ਇਸ ਵਾਸਤੇ ਤੂੰ ਕੱਢ ਕੇ ਲੈ ਚੱਲੀ ਹੈ ਕਿ ਨਜ਼ਰ ਨਾ ਲੱਗ ਜਾਏ ਕੌਣ ਐਸਾ ਏਡੀ ਭੈੜੀ ਨਜ਼ਰ ਵਾਲਾ ਹੈ ਕਿ ਜਿਸ ਦੀ ਨਜ਼ਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੰਦੀ ਹੈ ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ ਆਪ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਮੈਨੂੰ ਸੰਸਾ ਪੈ ਗਿਆ ਮੇਰਾ ਸੰਸਾ ਕੱਢ ਵੀ ਤੂੰ ਢੱਕ ਕੇ ਕਿਉਂ ਲੈ ਚੱਲੀ ਆਪ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਤਾਂ ਉਹਨੇ ਆਖਿਆ ਮਤ ਨਜ਼ਰ ਪਵੇ ਅਕਿਰਤ ਖਣ ਜੇ ਕਿਤੇ ਇਸ ਤੇ ਨਜ਼ਰ ਪੈ ਗਈ ਨਾ ਅਕਿਰਤ ਖਣ ਦੀ ਓਏ ਬਿਨਾ ਇਹ ਖਾਣ ਦੇ ਕਾਬਲ ਨਹੀਂ ਰਹੇਗਾ ਮੇਰਾ ਚੂੜਾ ਨਹੀਂ ਖਾਏ ਤੋ ਅਕਿਰਤ ਗਣ ਦੀ ਨਜ਼ਰ ਕੁੱਤੇ ਦੇ ਮਾਸ ਤੋਂ ਮੰਦੀ ਸ਼ਰਾਬ ਤੋਂ ਫੈਲੀ ਮਨੁੱਖ ਦੀ ਖੋਪਰੀ ਤੋਂ ਵੀ ਗੰਦੀ ਹੈ ਤੇ ਅਕਿਰਤ ਗਣ ਕੌਣ ਹੈ ਜੋ ਕੀਤੀ ਨੂੰ ਨਾ ਜਾਣ ਸਹਿਬ ਆਖਦੇ ਉਹ ਅਕਿਰਤ ਗਣ ਅਸੀ ਇਹ ਵਾਹਿਗੁਰੂ ਜੋ ਤੇਰੀ ਕੀਤੀ ਨੂੰ ਨਹੀਂ ਜਾਣਦੇ ਤੁਮ ਦੇਵੋ ਸਭ ਕਿਛ ਦਇਆ ਧਾਰ ਤੁਮ ਦੇਵੋ ਸਭ ਕਿਛ ਦਇਆ ਧਾਰ
ਤੂੰ ਦਿੱਤੀ ਹੈ ਉਸ ਨਾਲ ਐਸਾ ਪਿਆਰ ਪਾਇਆ ਕਿ ਖਸਮ ਚੇਤੇ ਹੀ ਨਹੀਂ। ਜਿਨ ਗਹਿਣੇ ਬਣਵਾ ਦਿੱਤੇ ਗਹਿਣੇ ਪਿਆਰੇ ਹੋ ਗਏ, ਖਸਮ ਨੂੰ ਦੁਰਕਾਰ ਦੀ। ਇਹਨੂੰ ਪਤਵਿਰਤਾ ਕੌਣ ਆਖੇਗਾ? ਇਹ ਤਾਂ ਫਿਰ ਕੁਲੱਛਣੀ ਹੈ, ਕੁਲੈਣੀ ਹੈ, ਕੁਨਾਰ ਹੈ। ਨਾਨਕ ਨਾਰੀ ਵਿੱਚ ਕੁਨਾਰ, ਨਾਰੀਆਂ ਵਿੱਚ ਕੁਨਾਰ ਕੌਣ ਹੈ ਜੋ ਪਤੀ ਦੀਆਂ ਦਾਤਾਂ ਪਾ ਕੇ ਤੇ ਫਿਰ ਉਸਨੂੰ ਫਿਟਕਾਰਦੀ ਹੈ, ਦੁਰਕਾਰਦੀ ਹੈ। ਇਸੇ ਤਰ੍ਹਾਂ ਅਕਿਰਤ ਗਣ ਕੌਣ ਹੈ ਜੋ ਨਿਰੰਕਾਰ ਦੀਆਂ ਦਾਤਾਂ ਨੂੰ ਪਾ ਕੇ ਦਾਤਾ ਨਾਲ ਕਰਦਾ ਹੈ ਪਿਆਰ ਤੇ ਦਾਤਾ ਕਦੇ ਚੇਤੇ ਹੀ ਨਹੀਂ ਆਇਆ? ਤੁਮ ਦੇਵੋ ਸਭ ਕੁਛ ਦਇਆ ਧਾਰ, ਹਮ ਅਕਿਰਤ ਘਨਾਰੇ, ਲਾਗ ਪਰੇ ਤੇਰੇ ਦਾਨ ਸਿਉ, ਨਹੀਂ ਚਿੱਤ ਖਸ ਮਾਰੇ। ਲਾਗ ਪਰੇ ਤੇਰੇ ਦਾਨ ਸਿਉ, ਨਹੀਂ ਚਿੱਤ ਖਸ ਮਾਰੇ, ਹਮ ਅਵਗੁਣ ਕਰੇ ਅਸੰਖ ਨੀਤ, ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਹਮਾਰੇ। ਤੂੰ ਫਿਰ ਵੀ ਸਾਡੇ ਕਰਮ ਨਹੀਂ ਚਿਤਾਰਦਾ, ਫਿਰ ਵੀ ਸਾਡੇ ਗੁਣ ਅਵਗੁਣ ਨਹੀਂ ਦੇਖਦਾ। ਸੀ ਏਡੇ ਗੁਨਾਹਗਾਰ, ਅਸੀਂ ਤਾਂ ਅੱਜ ਦੀ ਰੋਟੀ ਦੇ ਵੀ ਹੱਕਦਾਰ ਨੇ। ਇੱਕ ਘੁੱਟ ਜਿਹੜਾ ਪਾਣੀ ਦਾ ਪੀਤਾ, ਇਸਦੇ ਵੀ ਰਵਾਦਾਰ ਨਹੀਂ ਸਾ। ਪਰ ਤੂੰ ਕਿਆ ਕੁਝ ਨਹੀਂ ਦਿੱਤਾ, ਕੀ ਕੁਛ ਨਹੀਂ ਬਖਸ਼ਿਆ? ਇੱਕ ਵਾਰੀ ਮੂਸੇ ਨੇ ਆਖਿਆ, ਯਾ ਖੁਦਾਵੰਦ, ਮੈਂ ਕਿਤਨੀਆਂ ਆਵਾਜ਼ਾਂ ਦਿੱਤੀਆਂ, ਤੂੰ ਅੱਗੋਂ ਬੋਲਿਆ ਨਹੀਂ। ਉਹਨੇ ਆਖਿਆ, ਮੂਸਿਆ, ਮੈਂ ਤੇਰੀ ਆਵਾਜ਼ ਨਹੀਂ ਸੁਣੀ ਕਿਉਂਕਿ ਮੈਂ ਕੰਮ ਲੱਗਾ ਹੋਇਆ ਸੀ। ਮੂਸੇ ਨੇ ਆਖਿਆ, ਤੂੰ ਵੀ ਕੰਮ ਕਰਨਾ, ਸਾਡੇ ਹੁੰਦੇ ਆ ਜੇ ਕੋਈ ਕਰਨ ਵਾਲਾ ਕੰਮ ਹੈ ਤਾਂ ਸਾਨੂੰ ਦੱਸ, ਤੂੰ ਆਪ ਕੰਮ ਕਰਨਾ। ਰੱਬ ਨੇ ਆਖਿਆ, ਮੂਸਿਆ, ਉਹ ਕੰਮ ਮੇਰੇ ਹੀ ਕਰਨ ਵਾਲਾ, ਉਹਨੂੰ ਕੋਈ ਹੋਰ ਕਰ ਨਹੀਂ ਸਕਦਾ। ਕਹਿਣ ਲੱਗਾ, ਉਹ ਕਿਹੜਾ ਕੰਮ ਹੈ ਐਸਾ ਜਿਹਨੂੰ ਕੋਈ ਹੋਰ ਕਰ ਹੀ ਨਹੀਂ ਸਕਦਾ? ਉਹਨੇ ਆਖਿਆ, ਉਹ ਕੰਮ ਹੈ ਜਗਤ ਜੀਵਾਂ ਨੂੰ ਰੋਜ਼ੀ ਦੇਣਾ, ਉਹ ਮੈਂ ਹੀ ਦੇ ਸਕਣਾ, ਹੋਰ ਕੋਈ ਨਹੀਂ ਦੇ ਸਕਦਾ। ਤਾਂ ਮੂਸਾ ਅੜ ਗਿਆ, ਕਹਿਣ ਲੱਗਾ, ਇਹ ਕੰਮ ਤੂੰ ਮੈਨੂੰ ਸੌਂਪ, ਮੈਂ ਤੈਨੂੰ ਕਰਕੇ ਦਿਖਾਵਾਂ। ਕਿਵੇਂ ਆਖਣਾ ਵੀ ਕੋਈ ਕਰ ਹੀ ਨਹੀਂ ਸਕਦਾ? ਉਹਨੇ ਆਖਿਆ, ਚੰਗਾ ਮੂਸਿਆ, ਜੇ ਤੂੰ ਜ਼ਿੱਦ ਕਰਨਾ ਤਾਂ ਕਰ ਵੇਖ, ਪਰ ਦੇਖ, ਦੇਈ ਸਭ ਕਿਸੇ ਨੂੰ, ਸਭ ਕਿਸੇ ਨੂੰ ਦੇਈ, ਕਿਉਂਕਿ ਮੇਰਾ ਨਾਮ ਹੈ ਰੋਜ਼ੀ ਦੇਹਨ। ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ, ਇਸ ਵਾਸਤੇ ਸਭਨਾਂ ਨੂੰ ਦੇਈ, ਮੈਨੂੰ ਕਿਸੇ ਦਾ ਉਲੰਭਾ ਨਾ ਆਵੇ। ਉਹਨੇ ਆਖਿਆ, ਸਭ ਨੂੰ ਦਿਆਂ। ਰੱਬ ਨੇ ਫੜਾ ਦਿੱਤਾ ਕੜਛਾ, ਵੀ ਲੈ ਵਰਤਾ ਇਹਦੇ ਨਾਲ। ਹੁਣ ਮੂਸੇ ਨੇ ਦੇਖਿਆ ਤੇ ਲੱਗਾ ਵਰਤਾਵਾਂ, ਤੇ ਫਿਰ ਨਿਗਾਹ ਵਿੱਚ ਇੱਕ ਐਸਾ ਗੁਨਾਹਗਾਰ ਆਇਆ ਜਿਸ ਨੂੰ ਵੇਖ ਕੇ ਮੂਸੇ ਨੂੰ ਬੜੀ ਗਿਰਾਨੀ ਆਖਿਆ, ਇਹਨੂੰ ਵੀ ਰੋਜ਼ੀ ਦੀ? ਕਦੇ ਨਾ, ਰੱਬ ਤਾਂ ਬੜਾ ਭੋਲਾ, ਇਹੋ ਜਿਹਿਆਂ ਨੂੰ ਵੀ ਦੇ ਛੱਡਦਾ, ਮੈਂ ਬਿਲਕੁਲ ਨਾ ਦੇ। ਐਸੇ ਗੁਨਾਹਗਾਰ ਨੂੰ, ਐਡੇ ਪਾਮਰ ਨੂੰ, ਪਾਪੀ ਨੂੰ, ਇਹਨੂੰ ਵੀ ਰੋਜ਼ੀ ਦੇ ਦਿਆ? ਨਾ ਦਿੱਤੀ। ਜਿਸ ਵੇਲੇ ਰੋਜ਼ੀ ਦਿੱਤੀ ਗਈ ਤਾਂ ਪੁੱਛਿਆ ਮੂਸਿਆ,
ਸਭਨਾਂ ਨੂੰ ਦਿੱਤੀ, ਉਹ ਖੇਜੀ ਦਿੱਤੀ ਤਾਂ ਸਭਨਾਂ ਨੂੰ ਹੈ, ਇੱਕ ਨੂੰ ਨਹੀਂ। ਉਹਨੂੰ ਕਿਉਂ? ਅਖੇ ਉਹ ਇੱਕ ਬੜਾ ਗੁਨਾਹ ਕਰ ਰਿਹਾ ਸੀ, ਬੜਾ ਭਾਰਾ ਪਾਪ ਕਰ ਰਿਹਾ ਸੀ। ਮੈਂ ਆਖਿਆ ਇਹ ਰੋਜ਼ੀ ਦਾ ਹੱਕਦਾਰ ਹੀ, ਇਹਨੂੰ ਨਹੀਂ ਦੇ, ਮੈਂ ਨਾ ਦੇ। ਆਖਣ ਲੱਗੇ ਮੂਸਿਆ ਚੰਗਾ ਨਾ ਕੀਤਾ, ਇਹ ਲੇਖਾ ਤਾਂ ਉਸ ਨਾਲ ਫਿਰ ਪਿੱਛੋਂ ਕਰ ਲੈਂਦੇ, ਰੋਜ਼ੀ ਤਾਂ ਦੇ ਦੇਣੀ। ਮੂਸੇ ਨੇ ਆਖਿਆ ਤੇ ਤੁਸੀਂ ਸਭਨਾਂ ਨੂੰ ਦਿੰਦੇ ਹੋ? ਕਿ ਹਾਂ। ਚੰਗਾ ਫਿਰ ਕੱਲ ਤੁਸੀਂ ਦੇ ਦੇ। ਰੱਬ ਨੇ ਆਪਣਾ ਕੜਛਾ ਸੰਭਾਲ ਲਿਆ ਤੇ ਮੂਸੇ ਨੇ ਇੱਕ ਕੀੜਾ ਡੱਬੀ ਵਿੱਚ ਪਾ ਲਿਆ ਤੇ ਡੱਬੀ ਨੂੰ ਲਪੇਟ ਕੇ ਉੱਤੋਂ ਲੀਰ ਦੇ ਨਾਲ ਤੇ ਬੰਨ ਕੇ ਉੱਤੋਂ ਦੀ ਧਾਗਾ ਪਾ ਲਈ ਜੇਬ ਵਿੱਚ ਤੇ ਫਿਰ ਅਗਲੇ ਦਿਨ ਆਇਆ ਤੇ ਕਹਿਣ ਲੱਗਾ ਯਾ ਖੁਦਾ ਰੋਜ਼ੀ ਦਿੱਤੀ ਗਈ? ਅਖੇ ਹਾਂ, ਸਭ ਨੂੰ ਵਰਤ ਗਈ, ਸਾਰਿਆਂ ਨੂੰ ਕੋਈ ਰਹਿਤਾ ਨਹੀਂ ਗਿਆ, ਅਖੇ ਨਹੀਂ, ਸਭਨਾਂ ਨੂੰ ਮਿਲ ਗਈ। ਤਾਂ ਮੂਸੇ ਨੇ ਆਪਣੀ ਜੇਬ ਚੋਂ ਡੱਬੀ ਕੱਢੀ, ਉੱਤੋਂ ਧਾਗਾ ਖੋਲਿਆ, ਲੀਰ ਲਪੇਟੀ ਸੀ ਉਹ ਲਾਈ ਤੇ ਜਿਸ ਵੇਲੇ ਡੱਬੀ ਖੋਲ ਕੇ ਵੇਖਿਆ ਵਿੱਚ ਕੀੜਾ ਤੇ ਕੀੜੇ ਦੇ ਮੂੰਹ ਵਿੱਚ ਦਾਣਾ ਸਿੱਜਦੇ ਵਿੱਚ ਡਿੱਗ ਪਿਆ। ਯਾ ਖੁਦਾ ਮੈਂ ਭੁੱਲ ਗਿਆ, ਮਾਫੀ ਮਾਫੀ ਦੇ। ਉਹਨੇ ਆਖਿਆ ਸਭਨਾਂ ਨੂੰ ਦੇਣ, ਇਹ ਪਾਪਾ ਪੁੰਨਾਂ ਦਾ ਲੇਖਾ ਪਿੱਛੋਂ ਹੋ ਜਾਏਗਾ, ਤਤਕਾਲ ਥੋੜਾ ਲੇਖਾ ਕਰਨਾ ਵੀ ਤੂੰ ਹੁਣ ਇਹ ਪਾਪ ਕਰ ਰਿਹਾ, ਮੈਂ ਤੈਨੂੰ ਰੋਟੀ ਨਹੀਂ ਦਿੰਦਾ, ਇਹ ਤਾਂ ਮੇਰਾ ਰਹਿਮ ਦਿਲ। ਮੈਨੂੰ ਕਿਵੇਂ ਆਖਣਗੇ ਕਰੀਮਾ ਰਹੀਮਾ ਅਲਾ ਤੂੰ ਗਣੀ, ਕਿਵੇਂ ਕਹਿਣੀ? ਸਹਿਬ ਆਖਦੇ ਨੇ ਤੁਮ ਦੇਵੋ ਸਭ ਕੁਛ ਦਇਆ ਥਾ, ਹਮ ਕਿਰਤ ਘਨਾਰੇ, ਲਾਗ ਪਰੇ ਤੇਰੇ ਦਾਨ ਸਿਉਂ, ਨਏ ਚਿੱਤ ਖਸਮਾਰੇ, ਹਮ ਅਵਗੁਣ ਕਰੇ ਅਸੰਖ ਨੀਤ, ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਅਮਰ। ਦਾਸੀ ਦੀ ਸੰਗਤ ਕਰਦੇ ਹਾਂ ਮਾਇਆ ਦੀ ਦਿਨ ਰਾਤ, ਤੇ ਖਸਮ ਚੇਤੇ ਨੇ ਸਹਿਬ ਆਖਦੇ ਨੇ ਠਾਕੁਰ ਛੋੜ ਦਾਸੀ ਕੋ ਸਿਮਰਨ, ਠਾਕੁਰ ਵੱਲ ਕੀਤੀ ਹੈ ਕੰਡ ਤੇ ਦਾਸੀ ਨੂੰ ਗੱਲ ਨਾਲ ਡਾਹੀ ਫਿਰ। ਹਮ ਅਵਗੁਣ ਕਰੇ ਅਸੰਖ ਨੀ ਤੁਮ ਨਿਰਗੁਣ ਦਾ ਸਾਰੇ, ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਹਮਾਰੇ। ਆਹ ਤਾਂ ਸਾਡੇ ਕਰਮ, ਆਪਣਿਆਂ ਕਰਮਾਂ ਨੂੰ ਵੇਖੀਏ ਤਾਂ ਰੋਜ਼ੀ ਦੇ ਹੱਕਦਾਰ ਅਸੀਂ, ਪਾਣੀ ਦੇ ਘੁੱਟ ਦੇ ਰਵਾਦਾਰ ਨਹੀਂ, ਪਰ ਫਿਰ ਵੀ ਤੇਰਾ ਸ਼ੁਕਰ ਹੈ ਤੂੰ ਦੇ ਰਹੇ ਦੇ ਰਹੇ। ਤੇ ਅਸੀਂ ਖਾਂਦੇ ਪੀਂਦੇ ਪਹਿਰਦੇ ਵੀ ਜਿਹਨੂੰ ਜਰਾ ਕੁ ਚੰਗਾ ਚੋਖਾ ਮਿਲ ਗਿਆ ਉਸ ਨਾਲ ਸਾੜਾ ਕੀਤੀ ਬੈਠੇ, ਤੇ ਇਹਨੂੰ ਕਿਉਂ ਮਿਲ ਗਿਆ? ਖਬਰੇ ਉਸ ਕਿਸਨੇ ਪੁੰਨ ਕੀਤੇ? ਇਹ ਤਾਂ ਖੇਡ ਹੀ ਸੰਸਾਰ ਵਿੱਚ ਪੁੰਨਾ ਪਾਪਾਂ ਦੀ, ਜਿਹਨੂੰ ਸਾਈਂ ਵਧੀਕ ਨਿਵਾਜ ਰਿਹਾ ਤਾਂ ਇਹਨੂੰ ਵੀ ਤਾਂ ਨਜ਼ਰ ਅੰਦਾਜ਼ ਨਹੀਂ ਨਾ ਕੀਤਾ, ਦਿੱਤਾ ਹੀ ਸੁਣਾ। ਤੂੰ ਤਾਂ ਇਹ ਸਮਝ ਵੀ ਮੈਂ ਤਾਂ ਇਸਦਾ ਵੀ ਹੱਕਦਾਰ ਨਹੀਂ ਸਾਂ, ਇਹ ਵੀ ਤੇਰੀ ਕਿਰਪਾ ਕਿਰਪਾ। ਸਤਿੰਦ ਬੋਲੋ ਸ੍ਰੀ ਵਾਹ। ਇੱਕ ਮਗਨ ਬਾਬਾ ਸੀ, ਮਗਨ ਬਾਬਾ
ਬੜਾ ਮਗਨ ਰਹਿੰਦਾ ਸੀ ਹਰ ਵੇਲੇ, ਬੁੱਢਾ ਸੀ, ਹੁਣ ਤਾਂ ਕਦੇ ਮਿਲਿਆ ਨਹੀਂ, ਲਾਹੌਰ ਮਿਲਿਆ ਸੀ। ਉਦੋਂ ਦਾ ਹੀ ਜ਼ਿਕਰ ਹੈ, ਗੱਡੀ ਵਿੱਚ ਗਿਆ, ਚੜ੍ਹਿਆ ਪਹਿਲੇ ਦਰਜੇ ਵਿੱਚ, ਤਾਂ ਦੇਖਿਆ ਉੱਥੇ ਬੜੇ ਸੇਠ ਬੈਠੇ, ਆਪੋ ਆਪਣੀਆਂ ਸੀਟਾਂ ਰਿਜ਼ਰਵ। ਉਹ ਹਸਤਾ ਹਸਤਾ ਗੱਡੀ ਤੇ ਚੜ੍ਹ ਕੇ ਇੱਕ ਸੇਠ ਅੱਗੇ ਜਾ ਖੜੋਤਾ, ਕਹਿਣ ਲੱਗਾ ਸੁਣਾਓ ਬਈ ਕੈਸੇ ਹੋ। ਕਹਿੰਦਾ ਅੱਛੇ। ਦੂਜੇ ਨੇ ਪੁੱਛਿਆ ਬਈ ਕੈਸੇ ਹੋ, ਪੜ੍ਹੇ ਹੈ? ਉਹ ਬੜਾ ਹੱਸਿਆ, ਕਹਿਣ ਲੱਗਾ ਫਸਟ ਕਲਾਸ ਵਿੱਚ ਚੜੇ ਬੈਠੇ, ਪੁਸ਼ਾਕਾਂ ਤੁਹਾਡੀ ਕੀਮਤੀਆਂ, ਪੈਸੇ ਤੁਹਾਡੇ ਜੇਬਾਂ ਭਰੀਆਂ ਹੋਈਆਂ ਹਨ, ਤੇ ਫਿਰ ਜੇ ਪੁੱਛਿਆ ਤਾਂ ਇਹ ਜਵਾਬ ਦਿੱਤਾ ਹਜੇ ਜਿਵੇਂ ਕੋਈ ਸੱਥਰ ਤੇ ਬੈਠਾ ਹੋਵੇ, ਜਿਵੇਂ ਕੋਈ ਮਰ ਗਿਆ ਹੋਵੇ ਕਿਸੇ ਦਾ। ਖਿੜਕੇ ਨਹੀਂ ਕਹਿੰਦੇ ਵੀ ਬੜੀ ਕਿਰਪਾ, ਤੁਹਾਡੇ ਮੂੰਹ ਤੇ ਖੇੜਾ ਹੀ ਕੋਈ, ਇੰਜ ਮੁੱਖ ਮੁਰਝਾਏ ਪੈ ਨੇ ਜਿਵੇਂ ਤੁਹਾਨੂੰ ਕਿਸੇ ਨੇ ਮਾਰ ਮਾਰ ਛਿੱਤਰ ਇੱਥੇ ਸੁੱਟਿਆ ਹੋਵੇ। ਆਤਮਾ ਤਾਂ ਪ੍ਰਸੰਨ ਨਹੀਂ, ਪਦਾਰਥਾਂ ਨਾਲ ਆਤਮਾ ਦਾ ਕੋਈ ਤਲਕ ਨਹੀਂ। ਸਰੀਰ ਨੂੰ ਸੁੱਖ ਦੇ ਸਕਦਾ ਧਨ, ਆਤਮਾ ਨੂੰ ਸੁੱਖ ਨਹੀਂ ਦੇ ਸਕਦਾ। ਆਤਮਾ ਨੂੰ ਸੁੱਖ ਤਾਂ ਧਨ ਦੇ ਸਕਦਾ ਜੇ ਇਸ ਧਨ ਨੂੰ ਆਤਮਾ ਦੇ ਲੇਖੇ ਖਰਚਿਆ ਜਾਏ, ਭਲੇ ਪਾਸੇ ਲਾਇਆ ਜਾਏ, ਉਹ ਵਣਜ ਵਣਜਿਆ ਜਾਏ ਜਿਸ ਕਰਕੇ ਇਸ ਆਤਮਾ ਦਾ ਵੀ ਕੋਈ ਹਲਾ ਹੋਵੇ, ਕਲਿਆਣ ਹੋਵੇ, ਤੇ ਫਿਰ ਨਾਲ ਕਰੇ ਬੇਨਤੀ। ਮਿਹਨਤੀਆਂ ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਫੂਲ ਤੇ ਤੁਮ ਬਖਸ਼ਣ। ਕਰਮ ਕਰਕੇ ਚੰਗੇ ਤੇ ਮੁੜ ਆਖੇ, ਮੈਂ ਅਪਰਾਧੀ ਹਾਂ, ਗੁਨਾਹਗਾਰ ਹਾਂ, ਜੀ ਤੁਸੀਂ ਬਖਸ਼ਣਹਾਰ ਹੋ ਤਾਂ ਤੇ ਇਸ ਦੀ ਕੀਤੀ ਪਵੇਗੀ ਥਾਂ, ਤੇ ਜੇ ਫਿਰ ਵੀ ਆਫਰ ਜਾਏ ਵੀ ਮੈਂ ਕੀਤਾ ਤਾਂ ਸਭ ਕੁਝ ਕਰਕੇ ਵੀ ਆਪਣੇ ਸਿਰ ਇਸ ਦੇ ਸਵਾਈ ਪਾਈ। ਅੱਜ ਦਾ ਕਥਨ ਇੱਥੇ ਸਮਾਪਤ, ਕੱਲ੍ਹ ਨੂੰ ਫਿਰ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ।